ਦਰਬਾਰ ਕੀ ਜੈ। ਸੋ ਮਹਾਰਾਜ
ਨੇ ਬਣਾਇਆ ਤੇ ਕਿਹਾ ਹੈ ਮਹਾਰਾਜੀ ਦੇ ਪਰਿਵਾਰ ਨੂੰ ਸਰਤਾਓ ਦਿੱਤੇ ਜਾਣੇ ਹਨ। ਉਸ ਤੋਂ ਬਾਅਦ ਪ੍ਰਮਾਤਮੇ ਗੁਰਦੁਆਰਾ ਸਾਹਿਬ ਦਿੱਤੀ ਜਾਵੇਗੀ। ਸੋ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਮਾਤਮੇ ਚਾਲੇ ਪਾਵੇਗੀ। ਸੋ ਕੱਲ੍ਹ ਦਾ ਜੋ ਸਿੱਖ ਪਰਿਵਾਰ ਵੱਲੋਂ ਭਾਈ ਸੰਦੀਪ ਸਿੰਘ ਜੀ ਮਾਣਾ ਪਰਿਵਾਰ ਵੱਲੋਂ ਸੰਘਿਆ ਦੇ ਜਗਤ ਸਿਖਾਏ ਜਾਣੇ ਹਨ ਔਰ ਭਾਈ ਅਕੂਰ ਸਿੰਘ ਜੀ ਪੁੱਤਰ ਅਜੈ ਸਿੰਘ ਜੀ ਪੱਕੇ ਵਾਲੇ ਪਰਿਵਾਰ ਵੱਲੋਂ 4 ਜਗਤ ਚਲਾਏ ਜਾਣੇ ਹਨ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਾਰੀਆਂ ਭਾਈ ਜੀ ਪਾਠ ਕਰੇਗੀ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਹਰ ਸਾਲ ਮਹਾਰਾਜ ਦੇ ਸਮਾਗਮ ਵਿੱਚ ਹਾਜ਼ਰੀਆਂ ਭਰਦੇ ਰਹਿਣ ਸਾਰੀਆਂ ਸ਼ਹੀਦਾਂ ਦਾ ਅਰਦਾਸ ਹੈ। Thank you.
ਠੰਡਿਆਂ ਦੇ ਲੰਗਰ ਛਕਾਏ ਜਾਣੇ ਹਨ। ਉਸ ਤੋਂ ਉਪਰੰਤ ਚੜ੍ਹਦੀ ਪੱਟੀ ਵਿਖੇ ਭਾਈ ਪੂਰਨ ਸਿੰਘ ਜੀ, ਸਪੁੱਤਰ ਅਜੈਬ ਸਿੰਘ ਜੀ, ਪੱਕਿਆਂ ਵਾਲੇ ਪਰਿਵਾਰ ਵੱਲੋਂ ਸੰਗਤਾਂ ਨੂੰ ਚਾਹ ਦੇ ਲੰਗਰ ਛਕਾਏ ਜਾਣੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਕੱਲ੍ਹ ਨੂੰ ਵੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ